अस्सलाम वालेकुम, की हाल चाल है जनाब? ठीक ठाक हो सारे? लो जी, मैं अपना दूसरा व्लॉग बना रहा, दूसरा व्लॉग इस मुतलक मैं जरा 1K सब्सक्राइबर हूँ बस एक्टिवेशन किया ना, वो तुम्हें दिखावगा। तो बाकी मिलने वीडियो लास्ट में जरूर एंड तक वेखियो। ਹਾਂਜੀ ਜਨਾਬ, ਤੇ ਦੱਸੋ ਕੈਸੀ ਲੱਗੀ ਫਿਰ ਵੀਡੀਓ? ਤੇ ਤੁਸੀਂ ਸੋਚਦੇ ਹੋਗੇ ਮੈਂ ਮੁੱਛਾਂ ਨੂੰ, ਕਿਉਂਕਿ ਆਦਤ ਪਈ ਹੈ ਤੇ ਬਾਕੀ ਗੱਲ ਹੈ ਕਿ ਮੁੱਛਾਂ ਨੇ ਪੰਜਾਬੀਆਂ ਦੀ ਸ਼ਾਨ ਆ। ਤੇ ਬਾਕੀ ਮੇਰੇ ਭਰਾ ਇੰਡੀਆ ਤੋਂ ਵੀ ਬੜੇ ਵਹਿੰਦੇ ਨੇ, ਮੈਨੂੰ ਜ਼ਿਆਦਾਤਰ ਆਡੀਅੰਸ ਮੇਰੀ ਜਿਹੜਾ ਇੰਡੀਆ ਤੋਂ ਬਿਲੋਂਗ ਕਰਦੀ ਆ। ਅਤੇ ਬਾਕੀ ਆਪਣਾ ਆਪਣਾ ਨਾ ਕਮੈਂਟ 'ਚ ਦੱਸਿਓ ਕਿ ਤੁਸੀਂ ਕਿਹੜੇ ਕਿਹੜੇ ਮੁਲਕ ਤੋਂ, ਜੇ ਪਾਕਿਸਤਾਨ ਦੇ ਆਪਣੇ ਤਾਂ ਵੀ ਠੀਕ, ਜੇ ਇੰਡੀਆ ਵਾਲੇ ਸਾਡੇ ਭਰਾ ਨੇ ਸਾਰੇ। ਬਾਕੀ ਇਨਸਾਨੀਅਤ ਤਾਂ ਫਿਰ ਸਾਰੇ ਪਾਸੇ ਹੁੰਦੀ ਹੈ, ਸਾਰੇ ਭੈਣ ਭਰਾਓ। ਬਾਕੀ ਵੀਡੀਓ ਕੈਸੀ ਲੱਗੀ ਦੱਸਣਾ ਜ਼ਰੂਰ, ਅਤੇ ਬਾਕੀ ਜਿਹੜੀ ਮਿਸਟੇਕ ਹੋਈ ਦੱਸਿਓ। ਬਾਕੀ ਆਸਤਾ ਆਸਤਾ ਜਿਹੜਾ ਨਾ ਕੌਨਫੀਡੈਂਸ ਆਏਗਾ, ਅਤੇ ਬੰਦੇ ਨੂੰ ਹੱਸਦੇ ਖੇਡਦੇ ਰਹਿਣਾ ਚਾਹੀਦਾ ਵੇ। ਜਿਵੇਂ ਕਿ ਮੈਂ ਪਹਿਲੇ ਵਲੋਗ 'ਚ ਵੀ ਆਖਿਆ ਸੀ ਕਿ ਮੈਂ ਇਨਸ਼ਾਅੱਲਾ ਰੈਮੇਡੀਜ਼ ਜਿਹੜਾ ਨਾ ਸਰਜਰੀ ਕਰਕੇ ਲਿਆਵਾਂ ਕਰਾਂਗਾ ਤੁਹਾਡੇ ਵਾਸਤੇ, ਅਤੇ ਹੁਣ ਆਸਤਾ ਆਸਤਾ ਹੀ ਹੈ। ਬਾਕੀ ਹੈ ਕਿ ਤੁਸੀਂ ਜਿੰਨਾ ਪਿਆਰ ਦਵੋ ਕਰੋਗੇ, ਅਤੇ ਉਹ ਮੇਰੇ ਵਾਸਤੇ ਉਨਾ ਹੀ ਕਾਬਲੇ ਇਹਤਰਾਮ ਹੈ। ਬਾਕੀ ਸਾਰੇ ਭੈਣ ਭਰਾ ਆਪਣਾ ਖਿਆਲ ਰੱਖਿਓ, ਅਤੇ ਇਨਸ਼ਾਅੱਲਾ ਮਜ਼ੀਦ ਜਿਹੜਾ ਨਾ ਇੰਪਰੂਵਮੈਂਟ ਹੋਏਗੀ ਆਸਾ ਆਸਾ, ਕਿਉਂਕਿ ਇੰਨਾ ਕੌਨਫੀਡੈਂਸ ਨਹੀਂ ਹੈ ਕੈਮਰੇ ਕੇ ਬੋਲਣ ਦਾ, ਕਿਉਂਕਿ ਤੁਹਾਨੂੰ ਪਤਾ ਕਿ ਪਹਿਲਾ ਜਿਹੜਾ ਨਾ ਕੰਮ ਉਹ ਪਹਿਲਾਂ ਹੀ ਹੁੰਦਾ ਵੇ, ਅਤੇ ਆਸਾ ਆਸਾ ਜਿਹੜਾ ਨਾ ਹੋਈਏਗਾ ਠੀਕ। ਜਿਹੜੀ ਮਿਸਟੇਕ ਹੋਏਗੀ ਸੁਜੈਸ਼ਨ ਜਿਹੜਾ ਤੁਸੀਂ ਮੈਨੂੰ ਜ਼ਰੂਰ ਦੱਸਣੀਆਂ ਨੇ। ਬਾਕੀ ਮਿਲਣੇ ਇਨਸ਼ਾਅੱਲਾ ਅਗਲੀ ਨਵੀਂ ਵੀਡੀਓ ਦੇ ਨਾਲ, ਉਦੋਂ ਤੱਕ ਆਪਣਾ ਖਿਆਲ ਰੱਖਿਓ।